ਦੀਵਾਲੀ ਕਰਕੇ ਸਪੈਸ਼ਲ ਇਨਸਟਰਕਸ਼ਨ ਜਿਹੜੀਆਂ ਨੇ ਸਿਟੀ ਆਫ ਬ੍ਰੈਂਪਟਨ ਵੱਲ ਵਲੁਆਈਆਂ ਨੇ ਔਰ ਅੱਜ ਜਿਹੜੀ ਦੀਵਾਲੀ ਹੈ ਬੰਦੀ ਛੋੜ ਦਿਵਸ ਉਸੇ ਮਨਾ ਰਹੇ ਆਪਣੇ ਆਪਣੇ ਪਰਿਵਾਰ ਵਾਲੇ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਪਰ ਜੇ ਤੁਸੀਂ ਤੁਹਾਡੀ ਤਬੀਅਤ ਠੀਕ ਨਹੀਂ ਹੈ ਤੁਸੀਂ ਅਨਵੈਲ ਹੈਗੇ ਹੋ ਤੇ ਤੁਹਾਨੂੰ ਕੋਈ ਵੀ ਸਿੰਪਟਮਸ ਹੈਗੇ ਹੈ ਤੇ ਤੁਸੀਂ ਬਿਲਕੁਲ ਘਰ ਰਵੋ ਤੇ ਤੁਸੀਂ ਲੋਕਾਂ ਨਾਲ ਮਿਲਣਾ ਨਾ ਹੋ ਵੈਸੇ ਵੀ ਹਾਈਜਨ ਨੂੰ ਪ੍ਰੈਕਟਿਸ ਕਰੋ ਫਿਜ਼ੀਕਲ ਡਿਸਟੈਂਸ ਮੇਨਟੇਨ ਕਰਕੇ ਰੱਖੋ ਔਰ ਇਸ ਤੋਂ ਇਲਾਵਾ ਜਦੋਂ ਪਟਾਕੇ ਚਲਾਣੇ ਹੈ ਤੇ ਫਿਰ ਇਸ ਦੇ ਵਾਸਤੇ ਜਿਹੜੇ ਸ਼ਾਰਟ ਰੇਂਜ ਦੇ ਹੈ ਜਿਹੜੇ ਥੋੜੀ ਦੂਰ ਤੱਕ ਚੱਲਦੇ ਕੇ ਤੁਸੀਂ ਚਲਾਣੇ ਆ ਉਹੀ ਅਲਾਉਟ ਹੈਗੇ ਆ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਔਰ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਤੁਸੀਂ ਆਪਣੇ ਪਟਾਕੇ ਚਲਾਣੇ ਆ ਤੇ ਤੁਹਾਨੂੰ ਬ੍ਰੈਮਟਨ ਦੇ ਵਿੱਚ ਪਰਮਿਟ ਲੈਣ ਦੀ ਲੋੜ ਨਹੀਂ ਹੈਗੀ ਪਰ ਇਹ ਜਿਹੜੇ ਪਟਾਕੇ ਨੇ ਸ਼ਾਰਟ ਰੇਂਜ ਦੇ ਹੋਣੇ ਚਾਹੀਦੇ ਆ ਸਿਰਫ 3 ਮੀਟਰ ਤੱਕ ਦੇ ਪਟਾਕੇ ਜਾਂ ਜਿਸ ਜਿਹੜਾ ਕਿ 10 ਫੁੱਟ ਤੱਕ ਹੈਗਾ ਔਰ ਇਹਨਾਂ ਦੇ ਵਿੱਚ ਭਵੇਂ ਤੁਸੀਂ ਅਨਾਰ ਚਲਾਉਂਦੇ ਹੋ ਚੱਕਰੀਆਂ ਚਲਾਉਂਦੇ ਹੋ ਆ ਤੁਸੀਂ ਸਪਾਰਕਲਰ ਜਿਹੜੇ ਚਲਾਉਂਦੇ ਹੈਗੇ ਹੋ ਔਰ ਇਹ ਜਿਹੜੀ 10 ਫੁੱਟ ਦੀ ਹਾਈਟ ਹੈ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ ਬ੍ਰੈਮਟਨ ਟ੍ਰਾਂਜ਼ਿਟ ਬੱਸ ਜਾਂ ਬਾਸਕਟਬਾਲ ਦਾ ਤੁਹਾਡਾ ਜਿਹੜਾ ਨੈਟ ਜਿੱਥੋਂ ਤੱਕ है उन्नी हाइट तक ही जो पटाका चलना चाहिए उस तो उच्च जोड़े पटाके ने अलाउड नहीं है रॉकर टाइप जोड़े पटाके है वो ब्रैम्पटन के अलाउड नहीं है गे। बैंड है गे। और जो पटाके चलाने तुम अपने घर की प्राइवेट प्रॉपर्टी चला सकते हो परी स्ट्स के उपर सड़क के उपर स्ट्रीट्स के उपर याड वॉक के उपर या सिटी पार्क के उपर म्यूनसिपल या स्कूल प्रॉपर्ट के उपर ती पटाके नहीं चला सकते और जो तुम पटाके चलाते हो तो बिल्कुल एक पानी द ਜਿਹੜੀ ਬਾਲਟੀ ਹੈ ਭਰ ਕੇ ਕੋਲ ਜ਼ਰੂਰ ਰੱਖੋ ਇਨ ਕੇਸ ਤੁਹਾਨੂੰ ਅੱਗ ਨੂੰ ਬੁਝਾਉਣ ਵਾਸਤੇ ਉਹਦੀ ਲੋੜ ਪੈਂਦੀ ਹੈ ਜਾਂ ਤੁਸੀਂ ਪਾਣੀ ਦੀ ਜਿਹੜੀ ਹੋਜ਼ ਹੈ ਪਾਈਪ ਹੈ ਉਸ ਨੂੰ ਜ਼ਰੂਰ ਤਿਆਰ ਰੱਖੋ ਕਿ ਤੁਹਾਨੂੰ ਲੋੜ ਪਏ ਤਾਂ ਤੁਸੀਂ ਇੱਕਦਮ ਜਿਹੜਾ ਹੈ ਪਾਣੀ ਚਲਾ ਕੇ ਉਸ ਨੂੰ ਜਿਹੜਾ ਹੈ ਅੱਗ ਨੂੰ ਬੁਝਾ ਸਕੋ ਔਰ ਪਟਾਕੇ ਜਦੋਂ ਚਲਾਣੇ ਆ ਤੇ ਹੱਥ ਦੇ ਵਿੱਚ ਰੱਖ ਕੇ ਪਟਾਕੇ ਨਹੀਂ ਚਲਾਣੇ ਸਿਰਫ ਫੁੱਲ ਚੜੀ ਇਹੀ ਇਸ ਤਰ੍ਹਾਂ ਦੇ ਪਟਾਕੇ ਹੈਗੇ ਜਿਹੜੇ ਕਿ ਤੁਸੀਂ ਹੱਥ ਚ ਰੱਖ ਕੇ ਚਲਾ ਸਕਦੇ ਹੋ ਔਰ ਜਿਸ ਤਰ੍ਹਾਂ ਹੀ ਤੁਸੀਂ ਕੋਈ ਪਟਾਕੇ ਚਲਾਉਂਦੇ ਹੋ ਫੁੱਲ ਚੜੀ ਵਗੈਰਾ ਵੀ ਚਲਾਉਂਦੇ ਹੋ ਤੇ ਚਲਾਣ ਤੋਂ ਬਾਅਦ ਉਹਨਾਂ ਨੂੰ ਤੁਸੀਂ ਠੰਡੇ ਪਾਣੀ ਦੀ ਬਾਲਟੀ ਦੇ ਵਿੱਚ ਪਾ ਦੇਣਾ ਕੋਈ ਵੀ ਪਟਾਕੇ ਜਦੋਂ ਤੱਕ ਠੰਡੇ ਨਹੀਂ ਹੋ ਜਾਂਦੇ ਉਦੋਂ ਤੱਕ ਉਹਨਾਂ ਨੂੰ ਤੁਸੀਂ ਡਿਸਪੋਜ਼ ਨਹੀਂ ਕਰਨਾ ਔਰ ਇੱਕ ਦੂਸਰੇ ਦੇ ਵੱਲ ਕਰਕੇ ਪਟਾਕੇ ਬਿਲਕੁਲ ਨਹੀਂ ਚਲਾਣੇ ਹੈ ਔਰ ਜਿਹੜੇ ਅਪਰੂਵਡ ਪਟਾਕੇ ਹੈਗੇ ਹੈ ਸਿਟੀ ਆਫ ਬ੍ਰੈਂਟਨ ਵੱਲੋਂ ਕੁਝ ਇਸ ਤਰ੍ਹਾਂ ਦੇ ਰੀਟੇਲਰਸ ਹੈਗੇ ਜਿੱ ਯਾ ਸਕਦੇ ਹੋ ਤੇ ਇਹ ਸਾਰੀ ਇਨਫੋਰਮੇਸ਼ਨ ਸਿਟੀ ਦੀ ਵੈਬਸਾਈਟ ਤੋਂ ਵੀ ਤੁਹਾਨੂੰ ਮਿਲ ਜਾਏਗੀ ਔਰ ਵੈਸੇ ਹੁਣ ਅਸੀਂ ਇੰਨੀ ਦੇਰ ਤੋਂ ਜਿਹੜੀ ਗੱਲ ਕਰ ਰਹੇ ਆ ਪਤਾ ਨਹੀਂ ਕਿੰਨੇ ਸਾਲ ਹੋ ਗਏ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਆ ਹੋਇਆ ਪਰ ਉਹ ਗੱਲ ਕਰਦੇ ਕਰਦੇ ਹੁਣ ਅਸੀਂ ਇਸ ਹਾਲਾਤ ਤੱਕ ਪਹੁੰਚ ਗਏ ਕਿ ਐਸਾ ਲੱਗਦਾ ਹੈ ਕਿ ਜੇ ਅਸੀਂ 10 ਸਾਲਾਂ ਦੇ ਵਿੱਚ ਬਹੁਤ ਕੰਕ੍ਰੀਟ ਕੁਝ ਸਟੈਪਸ ਨਹੀਂ ਚੁੱਕੇ ਤੇ ਜਿਹੜਾ ਪਲਾਨਟ ਹੀ ਨਹੀਂ ਬਚਣਾ ਤੇ ਜਿਹੜੇ ਅਸੀਂ ਪਟਾਕੇ ਚਲਾਉਂਦੇ ਆ ਅਕਸਰ ਕਈ ਵਾਰੀ ਅਸੀਂ ਕਹਿ ਦਿੰਦੇ ਆ ਕਿ ਬੱਚਿਆਂ ਦੀ ਖੁਸ਼ੀ ਵਾਸਤੇ ਜੀ ਇਹਨਾਂ ਦਾ ਤੇ ਬਚਪਨਾ ਹੈ ਇਹਨਾਂ ਨੇ ਚਲਾਣੇ ਆ ਪਰ ਬੱਚਿਆਂ ਦੀ ਖੁਸ਼ ਸੀ ਇਹ ਜਿਹੜਾ ਹੈ এনवायरमेंट ਇੱਕ ਹੈਜ਼ਰਡ ਨਾ ਕ੍ਰੀਏ ਬੱਚਿਆਂ ਦੇ ਖੁਸ਼ੀ ਵਾਸਤੇ ਅਸੀਂ ਇਸ ਤਰ੍ਹਾਂ ਕਰੀਏ ਕਿ ਇਸ ਤਰ੍ਹਾਂ ਦੇ ਪਟਾਕੇ ਨਾ ਚਲਾਈਏ ਥੋੜੀ ਜੀ ਤੁਸੀਂ ਫੁੱਲ ਚੜੀ ਵਗੈਰਾ ਪਵਿੰਚਾ ਲਾ ਲਓ ਸ਼ਗਨ ਕਰਨ ਨੂੰ ਪਰ ਇਸ ਤਰ੍ਹਾਂ ਪਟਾਕੇ ਨਾ ਚਲਾਈਏ ਕਿ ਬੱਚਿਆਂ ਦੇ ਖੁਸ਼ੀ ਵਾਸਤੇ ਉਹ ਪਲੈਨਟ ਹੀ ਨਾ ਰਵੇ ਜਿਸ ਨੂੰ ਬੱਚਿਆਂ ਨੇ ਆਉਣ ਵਾਲੇ ਜੀਵਨ ਦੇ ਵਿੱਚ ਇੰਜੋਏ ਕਰਨਾ ਹੋਵੇ ਪਟਾਕੇ ਥੋੜੇ ਘੱਟ ਚਲਾਓ ਹੋਰ ਤਰ੍ਹਾਂ ਨਾਲ ਤੁਸੀਂ ਜਿਹੜਾ ਹੈ ਇਹ ਤਿਹਾਰ ਮਨਾ ਸਕਦੇ ਹੋ ਖੁਸ਼ੀਆਂ ਦੇ ਤਿਹਾਰ ਹੈ ਬਿਲਕੁਲ ਔਰ ਤੁਹਾਨੂੰ ਸਾਡੇ ਸਾਰਿਆਂ ਵੱਲੋਂ अप्रवासी दी टीम बोलो हैप्पी दिवाली बिल्कुल ठीक है जी और ਇਹ ਨਾ ਹੋਵੇ ਕਿ ਤੁਹਾਡਾ ਜਿਹੜਾ ਅੱਜ ਦਾ ਇਹ ਤਿਉਹਾਰ ਹੈ ਖੁਸ਼ੀਆਂ ਭਰਿਆ ਇਹ ਗਮੀਆਂ ਚ ਬਦਲ ਜਾਵੇ ਜਾਂ ਤੁਸੀਂ ਕੋਈ ਐਸਾ ਕਿਸੇ ਹੋਰ ਦੀ ਪ੍ਰਾਪਰਟੀ ਦਾ ਨੁਕਸਾਨ ਕਰ ਦਵੋ ਔਰ ਇੱਕ ਨਵਾਂ ਕੋਈ ਹੋਰ ਜਿਹੜਾ ਤੁਹਾਡੇ ਲਈ ਇੱਕ ਮੁਸ਼ਕਲ ਪੈਦਾ ਹੋ ਜਾਏ ਪਲੀਜ਼ ਇੰਜੋਏ ਕਰੋ ਦੀਵਾਲੀ ਨੂੰ ਸਾਦੇ ਤਰੀਕੇ ਨਾਲ ਕਰੋ ਦਿਲੋਂ ਖੁਸ਼ੀ ਮਨਾਓ ਨਾ ਕਿ ਦਿਖਾਵਾ ਕਰਕੇ ਸ਼ੋਰ ਸ਼ਰਾਬਾ ਕਰਕੇ ਪਟਾਕੇ ਬੁਚੀ ਉਚੀ ਚਲਾ ਕੇ ਇਹਨੂੰ ਪਲੀਜ਼ ਅਵੋਇਡ ਕਰੋ ਇਹ ਸਾਡੀ ਤੁਹਾਨੂੰ ਬੇਨਤੀ ਹੈ ਇੱਕ ਵਾਰੀ ਸਾਡੇ ਵੱਲੋਂ ਸਾਰੇ ਪ੍ਰਵਾਸੀ মিডিਆ ਗਰੁੱਪ ਵੱਲੋਂ ਦੀਵਾਲੀ ਦੀ ਬਹੁਤ ਬਹੁਤ ਮੁਬਾਰਕ